कैलिफोर्निया ਦੇ ਵਿੱਚ ਹੈਲੀਕਾਪਟਰ ਖਰਾਬ ਮੌਸਮ ਹੋਣ ਕਰਕੇ ਥੱਲੇ ਡਿੱਗ ਪਿਆ। ਕਿੰਨੇ ਕ ਦੀ ਮੌਤ ਹੋ ਗਈ ਜੀ, ਤੇ ਮੌਸਮ ਦੀ ਵੀ ਇੱਥੋਂ ਪਤਾ ਲੱਗਦਾ ਵੀ ਕੈਲੀਫੋਰਨੀਆ ਦੇ ਵਿੱਚ ਬੜਾ ਖਰਾਬ। ਹਾਂਜੀ ਬ੍ਰਦਰ ਸਾਹਿਬ, ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਇੱਕ ਹੈਲੀਕਾਪਟਰ ਕ੍ਰੈਸ਼ ਕਰ ਗਿਆ ਤੇ ਕੁਝ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ। ਇਹ ਹੈਲੀਕਾਪਟਰ 6 ਲੋਕਾਂ ਨੂੰ ਕੈਰੀ ਕਰ ਰਿਹਾ ਸੀਗਾ। ਈਸਟ ਬਰਨਾਰਡੀਨੋ ਕਾਉਂਟੀ ਦੇ ਵਿੱਚ ਕ੍ਰੈਸ਼ ਕਰ ਗਿਆ। ਫਰਾਈਡੇ ਨਾਈਟ ਦਾ ਇਹ ਹਾਦਸਾ ਹੈ ਤੇ 6 ਦੇ 6 ਲੋਕ ਜਿਹੜੇ ਇਹਦੇ ਵਿੱਚ ਸਵਾਰ ਸੀ ਉਹਨਾਂ ਦੀ ਮੌਤ ਦੀ ਖਬਰ ਮਿਲੀ ਹੈ। ਇਹ ਇੱਕ ਯੂਰੋਕਾਪਟਰ EC-130 ਸੀਗਾ ਤੇ ਇਹ ਹਾਦਸਾ ਤਕਰੀਬਨ ਰਾਤ ਦੇ 10 ਕੁ ਵਜੇ ਵਾਪਰਿਆ। ਇਹ ਫ੍ਰੀਵੇ 15 ਦੇ ਥੋੜਾ ਜਿਹਾ ਈਸਟ ਦੇ ਵਿੱਚ ਕ੍ਰੈਸ਼ ਹੋਇਆ ਨੀਅਰ ਕਮਿਊਨਿਟੀ ਆਫ ਨਿਪਟਨ, ਕੈਲੀਫੋਰਨੀਆ ਤੇ ਨਵਾਡਾ ਦੇ ਬਾਰਡਰ ਲਾਈਨ ਆ ਜਿਹੜੀ ਉਹਦੇ ਨੇੜੇ ਤੇੜੇ। ਸੋ 2 ਪਾਇਲਟ ਇਹਦੇ ਵਿੱਚ ਸਵਾਰ ਸੀ ਬ੍ਰਾਡ ਸਾਹਿਬ ਤੇ 4 ਪੈਸੇਂਜਰ ਸੀਗੇ ਤੇ ਸਾਰਿਆਂ ਦੀ ਡੈਥ ਹੋ ਗਈ ਆ। ਇਹ ਹੈਲੀਕਾਪਟਰ ਨੂੰ ਆਰਬਿਕ 에ਅਰ ਆਫ ਬਰਬੈਂਕ ਔਨ ਕਰਦਾ ਸੀਗਾ। ਇਹ ਪਾਮ ਸਪ੍ਰਿੰਗ ਤੋਂ ਟੇਕ ਆਫ ਕੀਤਾ ਸੀਗਾ ਤੇ ਇਹਨੇ ਬਾਸਟੋ ਜਾਣਾ ਸੀਗਾ। ਬਾਸਟੋ ਦੇ ਕੋਲੇ ਇਹਨੂੰ ਨੋਟਿਸ ਕੀਤਾ ਗਿਆ। ਬੋਲਡਰ ਸਿਟੀ ਨਵਾਡਾ ਜਾਣਾ ਸੀ ਬ੍ਰਾਡ ਸਾਹਿਬ ਇਹਨੇ, ਲਾਸ ਵੇਗਸ ਤੋਂ 26 ਮਾਈਲਸ ਦੂਰ। ਤੇ ਜਿਹੜੇ ਉੱਥੇ ਵਿਟਨੈਸਸ ਸੀਗੇ ਉਹਨਾਂ ਨੇ ਕਿਹਾ ਕਿ ਇਹ ਬੈਡ ਵੈਦਰ ਕੰਡੀਸ਼ਨਸ ਕਰਕੇ ਹੋਇਆ ਜਾਪਦਾ। ਤੇ ਜਿਹੜੀ ਇਨਪੁਟ ਦਿੱਤੀ ਹੈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਫੀਸ਼ੀਅਲਸ ਨੇ ਇਨੀਸ਼ੀਅਲ ਅਸੈਸਮੈਂਟ, ਉਹਨਾਂ ਨੇ ਕਿਹਾ ਕਿ ਇਹ ਪੋਸੀਬਲ ਮਿਕਸ ਹੋਣ ਕਰਕੇ ਰੇਨ ਦਾ ਤੇ ਵਿੰਟਰੀ ਵੈਦਰ ਦਾ ਇਹਦਾ ਕਿਤੇ ਨਾ ਕਿਤੇ ਕੰਟਰੋਲ ਲਾਸ ਹੋ ਗਿਆ, ਜਿਹਦੇ ਕਰਕੇ 2 ਜਿਹੜੇ ਸੀਗੇ ਪਾਇਲਟ ਉਹ ਤੇ ਇੱਕ ਬਹੁਤ ਜ਼ਿਆਦਾ ਵੈਲਦੀ ਫੈਮਿਲੀ ਸੀਗੀ ਨਾਈਜੀਰੀਆ ਦੀ ਬੈਂਕਰ ਫੈਮਿਲੀ, ਉਹਦੇ 4 ਲੋਕ ਸੀਗੇ। ਇਸ ਕਰਕੇ ਇਹਨਾਂ 6 ਜਣਿਆਂ ਦੀ ਮੌਤ ਹੋਈ ਹੈ। ਦੇਖੋ ਜੀ, ਜਿਹੜੇ ਵਿੱਚ ਬੈਠੇ ਉਹਨਾਂ ਨੂੰ ਤਾਂ ਚਲੋ ਆਪਦਾ ਘੁੰਮਣਾ ਫਿਰਨਾ, ਤੋਂ ਵੱਡੀ ਟੈਨਸ਼ਨ ਤਾਂ ਇਹ ਹੋ ਜਾਂਦੀ ਹੈ ਵੀ ਜਿਹੜੇ ਥੱਲੇ ਆ, ਥੱਲੇ ਘਰ ਹੈਗੇ ਆ, ਜਿਨ੍ਹਾਂ ਦੀ ਪ੍ਰੋਪਰਟੀ ਹੈਗੀ ਹੈ, ਜਿਹੜੇ ਬੰਦੇ ਸੜਕਾਂ ਤੇ ਘੁੰਮਦੇ ਆ, ਉਹਨਾਂ ਦਾ ਨੁਕਸਾਨ ਖਤਰਾ ਜਿਹੜਾ ਕੋਈ ਬਿਨਾਂ ਹੀ ਮੌਤ ਕਹਿ ਸਕਦੇ ਉਹਨਾਂ ਦੀ ਹੋ ਸਕਦੀ ਹੈ। ਸੋ ਇਹਨਾਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ, ਇਕੱਲੇ ਆਪਣੀ ਮੌਤ ਨਹੀਂ ਹੈਗੀ, ਥੱਲੜਿਆਂ ਦੀ ਵੀ ਹੋ ਜਾਂਦੀ ਹੈ। ਬਿਲਕੁਲ ਬ੍ਰਾਦਰ ਸਾਹਿਬ, ਜਦੋਂ ਵੈਦਰ ਖਰਾਬ ਆ, ਜਦੋਂ ਲੱਗਦਾ ਕਿ ਜਿਹੜਾ ਹੈਲੀਕਾਪਟਰ ਆ ਜਾਂ ਪਲੇਨ ਆ ਉਹਦੇ ਅਨੁਕੂਲ ਨਹੀਂ, ਤਾਂ ਉਦੋਂ ਜੇ ਮਿਸ ਹੋ ਸਕੇ ਤਾਂ ਕਰ ਲੈਣਾ ਚਾਹੀਦਾ, ਕਿਉਂਕਿ ਸਿਰਫ ਆਪਦੀ ਜਾਨ ਨਹੀਂ ਕਿਸੇ ਹੋਰ ਦੀ ਜਾਨ ਦੀ ਵੀ ਪਰਵਾਹ ਕਰਨੀ ਚਾਹੀਦੀ ਹੈ। ਤੁਸੀਂ ਬਿਲਕੁਲ ਠੀਕ ਹੈ, ਜੇ ਕਿਸੇ ਬਿਜ਼ੀ ਏਰੀਆ ਤੇ ਡਿੱਗਦਾ ਤਾਂ ਖੋਰੇ ਕਿੰਨਿਆਂ ਕੁ ਦਾ ਨੁਕਸਾਨ ਕਰ ਦਿੰਦਾ।